ਅਸਲਾਮ ਵਾਲੇਕੁਮ, ਕੀ ਹਾਲ ਵੀਰੋ? ਠੀਕ ਹੋ? ਉਮੀਦ ਕਰਦੇ ਹਾਂ ਸਾਰੇ ਠੀਕ ਹੋਣਗੇ। ਤੇ ਅਸੀਂ ਤਕਰੀਬਨ ਆਪਣੇ ਘਰ ਤੋਂ 350 ਕਿਲੋਮੀਟਰ ਸਫ਼ਰ ਕਰਕੇ ਬਾਵਲ ਨਗਰ ਚਿਸ਼ਤੀ ਆਏ ਹਾਂ। ਇੱਥੇ ਇੱਕ ਸਰਜੰਟਾ ਦਾ ਇਵੈਂਟ ਸੀ, ਉਹਦੇ ਵਿੱਚ ਤੇ ਇਵੈਂਟ ਸੀ ਉਹ ਕਪਾਸ ਦਾ। ਲੋਕਾਂ ਨੂੰ ਦੱਸ ਰਹੇ ਸੀਗੇ ਕਪਾਸ ਤੁਸੀਂ ਆਪਣੀ ਕਿਵੇਂ ਬਚਾ ਸਕਦੇ ਹੋ, ਕਿਵੇਂ ਜ਼ਿਆਦਾ ਫਸਲ ਚੁੱਕ ਸਕਦੇ ਹੋ। ਸਾਡੇ ਵਾਲੇ ਪਾਸੇ ਨਨਕਾਣਾ ਸਾਹਿਬ ਕਪਾਸ ਨਹੀਂ ਹੁੰਦੀ, ਤੇ ਆਪਣੇ ਇੱਕ ਦੋਸਤ ਸੀ ਸਰਜੰਟਾ ਦੇ ਵਿੱਚ, ਉਹਨਾਂ ਸਾਨੂੰ ਇੱਥੇ ਇਨਵਾਈਟ ਕੀਤਾ। ਮੈਂ ਕਿਹਾ ਚਲੋ ਚੱਲਦੇ ਹਾਂ, ਵਿਹਲੇ ਹੀ ਹਾਂ, ਮੂੰਜੀ ਨੂੰ ਪਾਣੀ ਸ਼ਾਨੀ ਲੱਗਾ ਹੈ, ਤੇ ਨਾਲੇ ਆਪ ਮਾਲੂਮਾਤ ਲੈ ਕੇ ਆਉਂਦੇ ਹਾਂ, ਆਪੀ ਵੀ ਕਪਾਸ ਜਿਹੜੀ ਉਗਾਵਾਂਗੇ ਤੇ ਨਾਲੇ ਤੁਹਾਨੂੰ ਦਿਖਾਉਂਦੇ ਹਾਂ। ਹੋ ਸਕਦਾ ਤੁਹਾਡੀ ਨਾਲ ਚ ਇਜ਼ਾਫਾ ਹੋਏ, ਸਾਨੂੰ ਤੇ ਪਤਾ ਨਹੀਂ, ਚਲੋ ਸਾਨੂੰ ਵੀ ਪਤਾ ਲੱਗ ਜਾਏਗਾ। ਹਾਂਜੀ, ਤੇ ਜਿਵੇਂ ਤੁਸੀਂ ਦੇਖਦੇ ਪਏ ਹੋ ਕਿ ਸਰਜੰਟਾ ਦੇ ਜਿਹੜੇ ਨੁਮਾਇੰਦੇ ਨੇ ਉਹ ਕਿਸਾਨਾਂ ਨੂੰ ਦੱਸ ਰਹੇ ਨੇ ਕਿ ਆਪਣੀ ਫਸਲ ਨੂੰ ਕਿਵੇਂ ਬਚਾਇਆ ਜਾਣਾ, ਫਸਲ 'ਤੇ ਜਦੋਂ ਸੁੰਡੀ ਜਾਂ ਕੋਈ ਕੀੜਾ ਮਕੌੜਾ ਹਮਲਾ ਕਰਦਾ ਤਾਂ ਉਹਦੇ ਵਾਸਤੇ ਕਿਹੜੀ ਸਪਰੇਅ ਕਰਨੀ ਹੈ, ਕਿਹੜੀ ਸਪਰੇਅ ਬੈਸਟ ਹੈ, ਆਪਣੀ ਫਸਲ ਨੂੰ ਤਿਆਰ ਕਰਨ ਵਾਸਤੇ ਕਿਹੜੀ ਚੀਜ਼ ਪਾਉਣੀ ਹੈ। ਦੇਖੋ, ਸ਼ੁਕਰੀਆ ਅਕਾਸ਼ ਸਾਹਿਬ, ਮੈਂ ਸਰਜੰਟਾ ਦੇ ਪਲੇਟਫਾਰਮ ਦੇ ਉੱਤੇ ਤੁਹਾਨੂੰ ਦੱਸ ਸਕਦਾ ਕਿ ਇਸ ਸਾਲ ਸਰਜੰਟਾ ਜਿਹੜਾ ਰੋਸ਼ਨ ਕਪਾਸ ਪ੍ਰੋਗਰਾਮ ਦੇ ਉੱਤੇ ਕੰਮ ਕਰ ਰਿਹਾ। ਇਹਦੇ ਵਿੱਚ ਮਹਿਕਮੇ ਦੇ ਸਾਡੇ ਜਿਹੜੇ ਸਟੇਕ ਹੋਲਡਰ ਉਹ ਵੀ ਮੌਜੂਦ ਹੈਗੇ ਆ। ਅਸੀਂ ਕਪਾਸ ਦੇ ਵਾਸਤੇ ਤੁਹਾਨੂੰ ਜੈਸਾ ਕਿ ਪਤਾ ਕਿ ਬਾਵਲ ਨਗਰ ਚਿਸ਼ਤੀਆਂ ਜਿਹੜੀ ਤਹਿਸੀਲ ਹੈਗੀ ਹੈ, ਇੱਥੇ ਸਭ ਤੋਂ ਜ਼ਿਆਦਾ ਪਾਕਿਸਤਾਨ ਦੇ ਵਿੱਚ ਕਪਾਸ ਜਿਹੜੀ ਕਾਸ਼ ਹੁੰਦੀ ਹੈ। ਕਪਾਸ ਦੇ ਵਾਸਤੇ ਅਸੀਂ ਅਜੇ ਇੱਕ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਅਸੀਂ ਇੱਕ ਛੱਤ ਦੇ ਤਲੇ ਤਮਾਮ ਤਰ ਕਪਾਸ ਦੇ ਜਿਹੜੇ ਮਰਲਾਵਾਰ ਸਾਡੇ ਪ੍ਰੋਗਰਾਮ ਹੁੰਦੇ ਆ ਜਾਂ ਮਰਲਾਵਾਰ ਜਿਹੜਾ ਪੌਦਾ ਉੱਤੇ ਕਿਹੜੀ ਬਿਮਾਰੀ ਆਉਂਦੀ ਹੈ ਉਹਦੇ ਹਵਾਲੇ ਦੇ ਨਾਲ ਅਸੀਂ ਤਮਾਮ ਤਰ ਜਿਹੜਾ ਫਾਰਮਰ ਨੂੰ ਬਰੀਫ ਕੀਤਾ ਅਸੀਂ। ਤੇ ਇੱਥੇ ਮੈਂ ਸਰ ਜੀ ਇੱਕ ਵਾਰੀ ਮਾਸਰਾ ਚਾਹੁੰਦਾ ਇਹਨਾਂ ਨੂੰ ਰੋਕਣ ਵਾਸਤੇ। ਤਕਰੀਬਨ ਇੱਥੇ ਕੋਈ 150 ਬੰਦਾ ਸੀ ਤੇ ਸ਼ੋਰ ਬਹੁਤ ਜ਼ਿਆਦਾ ਸੀ। ਮੈਂ ਕਿਹਾ ਸਰ ਜੀ ਬੰਦੇ ਆਪਣੇ ਖਾਣਾ ਖਾਣ ਜਾਂਦੇ ਨੇ, ਸਰਜੰਟਾ ਨੇ ਖਾਣੇ ਦਾ ਵੀ ਬਹੁਤ ਅੱਛਾ ਬੰਦੋਬਸਤ ਕੀਤਾ ਹੈ। ਜਿਹੜੇ ਇੱਥੇ ਕਿਸਾਨ ਭਰਾ ਆਏ ਸੀ ਉਹਨਾਂ ਵਾਸਤੇ ਕੀਤਾ ਤੇ ਸਾਡੇ ਵਾਸਤੇ ਵੀ ਸੀ, ਪਰ ਅਸੀਂ ਵੀਡੀਓ ਕਰਕੇ ਨਾ ਅਸੀਂ ਆਪਣੀ ਪਹਿਲੇ ਵੀਡੀਓ ਬਣਾ ਲਈਏ ਤੇ ਖਾਣਾ ਫੇਰ ਖਾਵਾਂਗੇ ਕਿਉਂਕਿ ਹੁਣ ਸ਼ੋਰ ਘਟਿਆ। ਮਾਜ਼ਰਤ, ਦੱਸੋ ਹੁਣ ਕੀ ਕਹਿ ਰਹੇ ਸੀ ਤੁਸੀਂ? ਇਹ ਤੁਹਾਨੂੰ ਇਹ ਦੱਸਿਆ ਸੀ ਮੈਂ ਕਿ ਸਰਜੰਟਾ ਨੇ ਅੱਜ ਜਿਹੜਾ ਇਹ ਪ੍ਰੋਗਰਾਮ ਕੀਤਾ ਸੀ, ਤਮਾਮ ਤਰ ਜਿੰਨੇ ਵੀ ਸਾਡੇ ਮਰਲਾਵਾਰ ਪ੍ਰੋਗਰਾਮ ਹੈਗਾ ਵਾ, ਜੋ ਕਪਾਹ ਦੇ ਮਰਲਾਵਾਰ ਜਿੰਨੇ ਵੀ ਸਾਡੇ ਜਿਹੜੇ ਮਰਲੇ ਹੁੰਦੇ ਉਹਦੇ ਉੱਤੇ ਜੋ ਸਪਰੇਅ ਹੁੰਦੀ ਆ, ਜੋ ਉੱਥੇ ਨਸਕੇ ਮਿਸਾਇਲ ਹੁੰਦੇ ਆ ਜ਼ਿਮੀਦਾਰਾਂ ਨੂੰ, ਉਹਨਾਂ ਦਾ ਅਸੀਂ ਹੱਲ ਫਰਾਮ ਕਰਦੇ ਹਾਂ। ਅਸੀਂ ਇਸੀ ਤਰ੍ਹਾਂ ਜੇ ਕੋਈ ਜ਼ਮੀਨ ਦੀ ਤਿਆਰੀ ਇੱਥੋਂ ਸਟਾਰਟ ਕਰਦੇ ਆਪਾਂ, ਇਹ ਕੀ ਹੈ? ਇਹ ਇਨਰਿਚ ਹੈ ਜੀ, ਇਹ ਜ਼ਮੀਨ ਦੀ ਤਿਆਰੀ ਦੇ ਵਿੱਚ ਅਸੀਂ ਇਸਤੇਮਾਲ ਕਰਦੇ ਹਾਂ। ਜਿਹੜੀ ਗੋਬਰ ਅਸੀਂ ਪਹਿਲੇ ਪੁਰਾਣੇ ਵਕਤਾਂ ਇਸਤੇਮਾਲ ਕਰਦੇ ਸੀ, ਇਹਦਾ ਨਿਮਲ ਬਦਲ ਹੈ ਕਿਉਂਕਿ ਗੋਬਰ ਹੁਣ ਇਤਨੇ ਵਾਫਰ ਮਿਕਦਾਰ 'ਚ ਮੌਜੂਦ ਹੈ। ਇਹ 1 ਕਿੱਲੇ ਨੂੰ 1 ਪੈਕਟ ਪੈਂਦਾ? 1 ਕਿੱਲੇ ਨੂੰ ਇਹ ਤੁਸੀਂ ਜਿਹੜਾ ਅੱਧਾ ਪੈਕਟ ਪਾਉਣਾ ਹੈ, 2 ਕਿੱਲਿਆਂ ਦੀ ਜਿਹੜੀ ਹੈਗੀ ਇਹਦੀ ਹੈ, 8 ਕਿੱਲੋ ਦੀ ਪੈਕਿੰਗ ਹੈ, ਲੇਕਿਨ ਇਹ 4 ਕਿੱਲੋ ਫੀ ਏਕੜ ਦੇ ਵਿੱਚ ਇਸਤੇਮਾਲ ਹੈ। ਠੀਕ ਹੈ, ਇਹਦੇ ਵਿੱਚ ਕਿਹੜਾ ਕੋਈ USA ਤੋਂ ਮੰਗਵਾਇਆ ਹੈ, USA ਤੋਂ ਇੰਪੋਰਟ ਕੀਤਾ ਗਿਆ ਹੈ, ਤਾਂ ਇਹ ਜਿਹੜਾ ਹੈ ਹੋਮਿਓ ਕੈਸਿਡ ਹੈ, ਬੇਸਿਕਲੀ ਇਹ ਸੋਇਲ ਕੰਡੀਸ਼ਨਰ ਹੈ। ਇਹਦੀ ਉਹ ਦੱਸ ਸਕਦੇ ਹੋ ਕੀਮਤ ਕਿੰਨੀ ਕੁ ਹੋਣੀ? ਦੇਖੋ ਜੀ, ਕੀਮਤ ਜਿਹੜੀ ਹੈਗੀ ਹੈ ਉਹ ਮੁਖਤਲਿਫ ਵਕਤ ਦੇ ਨਾਲ ਨਾਲ ਉੱਪਰ ਨੀਚੇ ਹੁੰਦੀ ਰਹਿੰਦੀ ਹੈ। ਫਿਲਹਾਲ ਹੁਣ ਫਿਲਹਾਲ ਇਹਦੀ ਜਿਹੜੀ ਹੈ 4500 ਰੁਪਈਆ ਕੀਮਤ ਹੈ। ਠੀਕ ਹੈ, ਠੀਕ ਹੈ। ਅਸੀਂ ਵੈਸੇ ਜਦੋਂ ਪੱਠੇ ਵਗੈਰਾ ਉਗਾਉਂਦੇ ਹਾਂ, ਮੂੰਜੀ ਵਗੈਰਾ ਉਗਾਉਂਦੇ ਹਾਂ, ਉਹਦੇ ਨੀਚੇ ਵੀ ਪਾ ਸਕਦੇ ਹਾਂ? ਦੇਖੋ ਜੀ, ਕਪਾਸ ਹੋਵੇ ਜਾਂ ਕੋਈ ਵੀ ਫਸਲ ਹੋਵੇ, ਤਮਾਮ ਤਰ ਫਸਲਾਂ ਦੇ ਉੱਤੇ ਤੁਸੀਂ ਇਹਨੂੰ ਕਿਸੇ ਵੀ ਫਸਲ ਹੋਵੇ ਜਿੱਥੇ ਤੁਹਾਡੀ ਜ਼ਮੀਨ ਹੈ ਉਸ ਜ਼ਮੀਨ ਤੇ ਇਨਰਿਚ ਪਹੁੰਚਾਓ, ਤੁਹਾਡੀ ਫਸਲ ਜਿਹੜੀ ਹੈ ਉਹਦਾ ਸ਼ਾਨਦਾਰ ਉਗਾ ਕਰੋ। ਇਹ ਤਾਂ ਸਭ ਤੋਂ ਪਹਿਲਾਂ ਇਹ ਹੋ ਗਿਆ ਨਾ ਕਿ ਪੈਲੀ ਨੂੰ ਤਿਆਰ ਕਰਕੇ ਜਿਹੜੀ ਵੀ ਫਸਲ ਬੀਜਣੀ ਆ ਉਹਦੇ ਵਿੱਚ ਜ਼ਮੀਨ ਤਿਆਰੀ ਦੇ ਵਿੱਚ। ਠੀਕ ਹੈ, ਅਗਲੇ ਟੇਬਲ ਤੇ ਆਪਾਂ ਚੱਲਦੇ ਹਾਂ ਤੇ ਨਾਲ ਦੀ ਨਾਲ ਮੈਂ ਆਪੀ ਵੀ ਪੁੱਛੀ ਜਾਂਦਾ, ਮੈਂ ਕਿਹਾ ਤੁਹਾਨੂੰ ਵੀ ਪਤਾ ਲੱਗ ਜਾ ਇਹ ਮਸ਼ੀਨ ਕਾਹਦੀ ਹੈ? ਇਹ ਜੀ ਜਪੈਟੋ ਮਸ਼ੀਨ ਹੈ, ਸਪੈਸ਼ਲ ਸਰਜੰਟਾ ਦਾ ਸਿੰਗਾਪੁਰ ਦਾ ਇੱਕ ਅਦਾਰਾ ਜਿਹੜਾ ਬੀਜ ਨੂੰ ਜ਼ਹਿਰ ਲਗਾ ਕੇ, ਜਿਹੜਾ ਅਸੀਂ ਜੋ ਪਾਸ ਕਰਦੇ ਹਾਂ ਤਾਂ ਬੀਜ ਨੂੰ ਜ਼ਹਿਰ ਲਗਾਉਂਦੇ ਹਾਂ, ਉਸਦੇ ਵਾਸਤੇ ਅਸੀਂ ਇਹ ਸਪੈਸ਼ਲ ਇੰਪੋਰਟ ਕਰਾਈ ਹੈ। ਜਪੈਟੋ ਇਹਦਾ ਨਾਮ ਹੈ, ਸਿੰਗਾਪੁਰ ਤੋਂ ਸਰਜੰਟਾ ਦਾ ਇੱਕ ਸਿੰਗਾਪੁਰ ਦੇ ਸੀਡ ਕੇਅਰ ਦਾ ਇੰਸਟੀਚਿਊਟ ਹੈ, ਉਹ ਇਹ ਬਣਾਉਂਦੀ ਹੈ। ਉਹਨਾਂ ਨੇ ਸਰਜੰਟਾ ਦੇ ਆਪਣੇ ਜਿਹੜੇ ਕਾਸ਼ਤਕਾਰ ਹਜ਼ਾਰਾਂ ਦੇ ਪਾਕਿਸਤਾਨ ਦੇ, ਉਹਨਾਂ ਵਾਸਤੇ ਇੱਥੇ ਫਰਾਮ ਕੀਤੀ। ਅਸੀਂ ਮੁਫਤ ਜ਼ਹਿਰ ਲਗਾ ਕੇ ਦਿੰਦੇ ਹਾਂ ਜੋ ਕਿਸੇ ਵੀ ਫਸਲ ਦਾ, ਜੇ ਮੂੰਜੀ ਹੋਵੇ, ਕਪਾਸ ਹੋਵੇ, ਮੱਕੀ ਹੋਵੇ। ਠੀਕ ਹੋ ਗਿਆ, ਤੇ ਇਹ ਕਪਾਸ ਦੇ ਬੀਜ ਨੇ ਜੀ? ਇਹ ਬੀਜ ਹੈਗੇ ਆ, ਇਹ ਅਨਟ੍ਰੀਟਡ ਬੀਜ ਹੈਗੇ ਆ, ਇਹ ਤਮਾਮ ਬੀਜਾਂ ਦੇ ਉੱਤੇ ਇਹ ਸਾਡੀ ਦਵਾਈ ਹੈ ਕਰੂਜ਼ਰ, ਇਹ ਜਦੋਂ ਤੁਸੀਂ ਟ੍ਰੀਟ ਕਰੋਗੇ ਤਾਂ ਸਲਰੀ ਦਾ ਅਨਟ੍ਰੀਟਡ ਜਿਹੜੇ ਹੈ ਉਹਨਾਂ ਦੇ ਉੱਤੇ ਤੁਸੀਂ ਇਸਤੇਮਾਲ ਕਰ ਸਕਦੇ।
ਠੀਕ ਹੈ, ਇਹ ਅਲੈਦਾ ਅਲੈਦਾ ਬੀਜ ਨੇ ਕਿ ਇੱਕੋ ਹੀ ਨੇ ਜੀ? ਇਹ ਬੀਜ ਦੀ ਵਰਾਇਟੀ ਕੋਈ ਵੀ ਹੋਵੇ, ਹਰ ਤਰ੍ਹਾਂ ਦੀ ਵਰਾਇਟੀ ਤੇ ਹੋ ਸਕਦਾ। ਇੱਕ ਹੈਗਾ ਜਿਹੜਾ ਸਲਰੀ ਬੀਜ ਹੈਗਾ, ਜਿਹੜੀ ਰੂਹ ਲੱਗੀ ਹੈ, ਇੱਕ ਜਿਹੜਾ ਹੁੰਦਾ ਸਾਫ ਬੀਜ ਹੈ। ਇਹ ਦੋਨਾਂ ਤਰ੍ਹਾਂ ਦੀ ਜਿਹੜੀ ਬੀਜ ਦੀ ਹਾਲਤ ਹੁੰਦੀ, ਦੋਨਾਂ ਦੇ ਉੱਤੇ ਅਸੀਂ ਇਸਤੇਮਾਲ ਕਰਦੇ। ਠੀਕ ਹੋ ਗਿਆ। ਤੇ ਇਹ ਅੱਛਾ ਜੀ, ਇਹ ਫਿਰ ਥੋੜਾ ਜਿਹਾ ਤੁਹਾਨੂੰ ਮੈਂ ਦੱਸਿਆ ਜਾ ਰਿਹਾ ਸੀ ਕਿ ਜਿਸ ਫਸਲ ਦੇ ਉੱਤੇ ਤੁਸੀਂ ਕਰੂਜ਼ਰ ਜਿਸ ਤਰ੍ਹਾਂ ਤੁਹਾਨੂੰ ਨਹੀਂ ਦਿਖਾਇਆ ਸੀ, ਇਹ ਕਪਾਸ ਦੀ ਆ? ਇਹ ਕਪਾਸ ਦਾ ਪੌਦਾ ਹੈ ਜੀ। ਇਹ ਤਕਰੀਬਨ ਕਿੰਨੇ ਦਿਨ ਦਾ ਹੋਣਾ ਜੀ? ਇਹ ਜਦੋਂ 45 ਡੇਜ਼ ਦਾ ਹੋ ਜਾਂਦਾ, ਇਹ 45 ਡੇਜ਼ ਤੋਂ ਨੀਅਰ ਪੌਦਾ ਹੈ। ਠੀਕ ਹੋ ਗਈ। ਇਹ ਤੁਸੀਂ 45 ਮਤਲਬ 45 ਦਿਨ ਦੇ ਨੇੜੇ। ਠੀਕ ਹੈ। ਜਦੋਂ ਤੁਸੀਂ ਇਹ ਦੇਖੋਗੇ ਇਸ ਫਸਲ ਦੇ ਉੱਤੇ ਅਸੀਂ ਇਹਨੂੰ ਬੀਜ ਨੂੰ ਜ਼ਹਿਰ ਲਗਾਇਆ ਸੀ ਕਰੂਜ਼ਰ, ਇਹ ਜਿਹੜੀ ਹਮਵਾਰ ਹੈਗੀ ਹੈ, ਇਹਦੇ ਪੱਤੇ, ਇਹਨਾਂ ਦੀ ਉਗਾਓ ਦੇਖੋ, ਇਹਦੀ ਹੈਲਥ ਦੇਖੋ, ਇਹਦਾ ਇਹਦੀ ਗਰੋਥ ਦੇਖੋ, ਜਿੱਥੇ ਨਹੀਂ ਲੱਗਾ ਉਹ ਸੇਮ ਡੇਜ਼ ਦੀ ਹੈਗੀ ਹੈ, ਇੱਕ ਜਗ੍ਹਾ ਤੇ ਲੱਗਾ, ਇੱਕ ਜਗ੍ਹਾ ਤੇ ਨਹੀਂ ਲੱਗਾ। ਠੀਕ, ਇਹਦੇ ਤੇ ਲੱਗਾ ਹੈ ਕਰੂਜ਼ਰ? ਲੱਗਾ ਹੈ ਕਰੂਜ਼ਰ, ਇਹਦੇ ਤੇ ਨਹੀਂ ਲੱਗਾ। ਠੀਕ ਹੋ ਗਿਆ। ਇਹਦੀ ਬੀਜ ਦੀ ਪੈਦਾਵਾਰ ਵੀ ਜ਼ਿਆਦਾ ਹੋਈ ਹੈ ਵੈਸੇ ਵੀ ਉਹਦੀ? ਅੱਛੀ ਪੈਦਾਵਾਰ ਵੀ ਅੱਛੀ ਹੈ, ਜਮਾਓ ਉਗਾਓ ਪੂਰੀ। ਹਾਂਜੀ। ਉਸ ਤੋਂ ਇਲਾਵਾ ਉਗਾਓ ਦੇ ਨਾਲ ਨਾਲ ਉਹਦੀ ਹੈਲਥ ਵੀ ਅੱਛੀ ਹੈ। ਠੀਕ ਹੋ ਗਿਆ। ਤੇ ਚਲੋ ਆਪਾਂ ਇਹਦੇ ਨਾਲ ਨਾਲ ਤੁਸੀਂ ਗਾਈਡ ਕਰ ਦੋਗੇ, ਇਹਦਾ ਕਿੱਲੇ ਦਾ ਬੀਜ ਕਿੰਨੇ ਕੁ ਦਾਂਦਾ? ਇਹਦਾ ਜਿਹੜਾ ਕਰੂਜ਼ਰ ਹੈਗੀ ਆ, ਇਹ ਤੁਹਾਡੇ 30 acres ਦੇ ਉੱਤੇ ਜਿਹੜੀ 1200 rupees ਦੀ ਇਹਦੀ ਕੀਮਤ ਹੈਗੀ ਆ, ਤੁਸੀਂ 30 acres ਜਿਹੜੇ ਥੈਲੀ ਆ, ਇਹ ਸਾਡਾ ਜਿਹੜਾ ਨਾ 2 acres ਦੇ ਉੱਤੇ ਤੁਹਾਡੇ ਬੀਜ ਦੇ ਉੱਤੇ ਕਪਾਸ ਦੇ ਬੀਜ ਲੱਗ ਗਿਆ। ਅੱਛਾ, ਉਸ ਤੋਂ ਬਾਅਦ ਆ ਜੇ ਦੇਖੋ, ਇਹਨੂੰ ਇੱਟ ਸਿੱਟ ਕਹਿੰਦੇ ਆ, ਇਹਨੂੰ ਡੀਲਾ ਕਹਿੰਦੇ ਆ, ਉਸ ਤੋਂ ਬਾਅਦ ਇਹਨੂੰ ਸਵਾਂਕੀ, ਤੇ ਆ ਕੀ ਆ? ਤਾਂਦਲਾ। ਤਾਂਦਲਾ ਤੇ ਆ ਇਹ ਕੁਲਫਾ। ਅੱਛਾ ਅੱਛਾ, ਇਹ ਨਾ ਇਹ ਕਪਾਸ ਦੇ ਵਿੱਚ ਹੁੰਦੀਆਂ ਜਿਹੜੀਆਂ ਜੜੀ ਬੂਟੀਆਂ, ਇਹ ਤਮਾਮ ਤਾਂ ਜੜੀ ਬੂਟੀਆਂ ਤੁਹਾਨੂੰ ਇੱਥੇ ਟੇਬਲ ਤੇ ਨਜ਼ਰ ਆ ਰਹੀਆਂ, ਇਹ ਕਪਾਸ ਦੇ ਪਲਾਟ ਤੋਂ ਦੇ ਵਿੱਚ ਉੱਗਦੀਆਂ, ਜਿਹਦੀ ਵਜ੍ਹਾ ਨਾਲ ਕਪਾਸ ਦੀ ਪੈਦਾਵਾਰ ਜਿਹੜੀ ਹੈ ਉਹਨੂੰ ਨੁਕਸਾਨ ਦਿੰਦੀ ਹੈ। ਇਸ ਕਰਕੇ ਸਿਜੰਟਾ ਕੰਪਨੀ ਕੋਲ ਇਹਨਾਂ ਜੜੀ ਬੂਟੀਆਂ ਦੇ ਉੱਗਣ ਤੋਂ ਪਹਿਲੇ ਇੱਕ ਤੁਸੀਂ ਸਪਰੇਅ ਕਰੋਗੇ 24 ਘੰਟੇ ਦੇ ਵਿੱਚ, ਡੂਅਲ ਗੋਲਡ, ਇਹਦੇ ਨਾਲ ਪਾਣੀ ਲਗਾ ਕੇ 24 ਘੰਟੇ ਦੇ ਅੰਦਰ। ਇਹਦਾ ਮੈਨੂੰ ਪਤਾ ਹੈ ਕਿਉਂਕਿ ਅਸੀਂ ਪਿਆਜ਼ ਲਗਾਉਂਦੇ ਸੀ ਨਾ, ਤੇ ਉਦੋਂ ਅਸੀਂ ਇਹ ਇਸਤੇਮਾਲ ਕਰ। ਇਸ ਤੋਂ ਇਲਾਵਾ ਬਾਕੀ ਤੁਹਾਡੀ ਕਪਾਸ ਦੇ ਉੱਤੇ ਵੀ ਰਜਿਸਟਰਡ ਆ, ਤੁਹਾਡੀ ਕਪਾਸ ਦੇ ਵੀ ਰਜਿਸਟਰਡ ਆ, ਮੱਕੀ ਦੇ ਵੀ ਰਜਿਸਟਰਡ। ਥੈਂਕ ਯੂ। ਤੇ ਸਰ ਜੀ ਆ, ਅੱਛਾ ਜੀ, ਅਸੀਂ ਅਗਲੇ ਸਟਾਲ ਤੇ ਦੇਖੀਏ ਤਾਂ ਤੁਸੀਂ ਇਸ ਸਟਾਲ ਨੂੰ ਦੇ ਸਕਦੇ ਹੋ, 2-3 ਪੱਤੇ ਵਾਲੇ ਮਰਲੇ ਵਾਲਾ ਸਟਾਲ ਹੈ, ਇਹਦੇ ਵਿੱਚ ਅਸੀਂ ਪੌਦੇ ਨੂੰ ਖੁਰਾਕ ਜੇ ਦੇਣੀ ਹੋਵੇ ਤਾਂ ਸਜੰਡਾ ਕੰਪਨੀ ਕੋਲ SOP ਮੌਜੂਦ ਹੈ। ਪੋਟਾਸ਼ ਦਾ ਹੈ ਤਾਂ? ਇਹ ਪੋਟਾਸ਼ ਹੈ। ਠੀਕ ਹੈ। ਸਲਫੇਟ ਉਹ ਪੋਟਾਸ਼ ਹੈ, 25 kilos ਦਾ ਸੇਲ ਹੈ, ਅਸੀਂ ਇਹ 30 acres ਦੇ ਵਿੱਚ ਜਿਹੜਾ ਇਹਨੂੰ 2 kilos ਦੇ ਉੱਤੇ ਇਸਤੇਮਾਲ ਕਰਦੇ ਹਾਂ। ਠੀਕ ਹੈ। ਉਸ ਤੋਂ ਬਾਅਦ ਅਸੀਂ ਜੇ ਅਗਲੀ ਗੱਲ ਦੇਖੀਏ ਤਾਂ ਫਿਰ ਇਹਨਾਂ ਇਹ ਵੀ ਕੁਛ ਮਰਲੇ ਹੈਗੇ ਪੌਦੇ ਤੇ, ਜਿਸ ਜਗ੍ਹਾ ਤੇ ਸਕਿੰਗ ਕਰਸ਼ ਯਾਨੀ ਕਿ ਰਸ ਚੂਸਣ ਵਾਲੇ ਕੀੜੇ ਹਮਲਾ ਕਰਦੇ ਪੌਦੇ ਤੇ, ਰਸ ਚੂਸਣ ਵਾਲੇ ਕੀੜਿਆਂ ਦੇ ਹਵਾਲੇ ਨਾਲ ਮੈਂ ਤੁਹਾਨੂੰ ਦੱਸਾਂ ਤਾਂ ਸਜੰਟਾ ਕੰਪਨੀ ਕੋਲ ਥ੍ਰਿਪਸ ਦੇ ਹਵਾਲੇ ਨਾਲ ਸੋਲਵੀਗੋ ਮੌਜੂਦ ਹੈ। ਸੋਲਵੀਗੋ ਦੇ ਇਸਤੇਮਾਲ ਦੇ ਨਾਲ ਤੁਸੀਂ ਰਸ ਜਿਹੜਾ ਰੁੱਤ ਚੂਸਣ ਵਾਲੇ ਕੀੜਿਆਂ ਦਾ ਕੰਟਰੋਲ ਕਰ ਸਕਦੇ ਹੋ। ਠੀਕ ਹੋ। ਇਸੇ ਦੌਰਾਨ ਦੇ ਵਿੱਚ ਪੌਦਾ ਤੁਸੀਂ ਦੇਖੋਗੇ ਪਲਾਟ ਦਾ ਸ਼ਿਕਾਰ ਹੁੰਦਾ ਹੈ, ਗਰੋਥ ਨਹੀਂ ਕਰ ਰਿਹਾ ਹੁੰਦਾ, ਗਰਮੀ ਹੁੰਦੀ ਹੈ, ਉੱਤੋਂ ਪੱਤੇ ਮੁਰਝਾਏ ਨੇ, ਪੱਤੇ ਮੁਰਝਾਉਣਾ ਸ਼ੁਰੂ ਹੁੰਦੇ ਆ, ਤਾਂ ਇਹਦੀ ਵਜ੍ਹਾ ਇਹ ਜਿਹੜੀ ਹੁੰਦੀ ਹੈ ਥ੍ਰਿਪਸ ਦੀ ਅਲਾਮਤ ਹੈ। ਉਹਦੇ ਨਾਲ ਨਾਲ ਜੇ ਪੌਦਾ ਤੁਹਾਡਾ ਗਰੋਥ ਨਾ ਕਰ ਰਿਹਾ ਹੋਇਆ ਬਿਹਤਰ ਤਰੀਕੇ ਦੇ ਨਾਲ, ਤੇ ਫਿਰ ਤੁਸੀਂ ਸਜੰਟਾ ਦਾ ਕੁਆਂਟਸ ਕਰ ਸਕਦੇ, ਬਾਇਓ ਸਟਿਮੂਲੈਂਟ ਹੈ ਜੋ ਕਿ ਤੁਹਾਡੀ ਫਸਲ ਨੂੰ ਗਰਮੀ, ਸਰਦੀ ਜਾਂ ਫਿਰ ਕਿਸੇ ਵੀ ਸਖਤ ਜ਼ਹਿਰ ਦਾ ਇਸਤੇਮਾਲ ਹੋ ਜਾਣਾ ਉਸ ਤੋਂ ਮਹਿਫੂਜ਼ ਰੱਖੇ। ਅੱਛਾ, ਇਹ ਪੌਦੇ ਨੂੰ ਸਪਰੇ ਨਹੀਂ ਹੋਈ, ਇਹਨੂੰ ਹੋਈ ਆ? ਹਾਂਜੀ, ਇਹ ਬਿਲਕੁਲ ਵੀ ਸਪਰੇ ਨਹੀਂ ਹੋਈ ਹੋਈ, ਇਹਦੇ ਉੱਤੇ ਕੁਆਂਟਸ ਪਲੱਸ ਸੋਲਵੀਗੋ ਦਾ ਪਹਿਲਾ ਸਪਰੇ ਹੋਇਆ। ਦੇਖੋ ਇਹ ਪੌਦਾ ਬਿਲਕੁਲ ਤੰਦਰੁਸਤ ਹੈ, ਉਹਦੇ ਪੱਤੇ ਵੀ ਵੱਡੇ ਨੇ, ਤੇ ਉਹ ਉਹਦੇ ਉੱਤੇ ਪੱਤੇ ਖਰਾਬ ਹੋ ਰਹੇ ਨੇ, ਖਤਮ ਹੋਣਾ ਸ਼ੁਰੂ ਹੋ ਰਹੇ ਨੇ। ਠੀਕ ਹੋ ਗਿਆ। ਤੇ ਪੋਟਾਸ਼ ਖੁਰਾਕ ਹੈ, ਤੁਸੀਂ ਇਹਨੂੰ ਕਿਸੇ ਵੀ ਪਾਣੀ ਦੇ ਨਾਲ ਲਗਾ ਸਕਦੇ ਜੋ ਤੁਹਾਨੂੰ ਜ਼ਰੂਰਤ ਹੋਵੇ। ਠੀਕ ਹੋ। ਅਗਲਾ ਪੌਦਾ ਆ ਗਿਆ ਜਿਹੜੀ ਹੈ, ਇਹ ਸਪੈਸ਼ਲ ਡੋਸ ਇਸਤੇਮਾਲ ਕੀਤੀ ਜਾਂਦੀ। ਠੀਕ ਹੋ ਗਿਆ। ਅਗਲਾ ਜਿਹੜਾ ਅਸੀਂ ਜੇ ਦੇਖੀਏ ਤਾਂ ਫੁੱਲਗੂਟੀ ਦਾ ਮਰਲਾ ਹੈ। ਫੁੱਲਗੂਟੀ ਦੇ ਮਰਲੇ ਦੇ ਵਿੱਚ ਸਭ ਤੋਂ ਜ਼ਿਆਦਾ ਪੌਦੇ ਨੂੰ ਖੁਰਾਕ ਦੀ ਜ਼ਰੂਰਤ ਹੁੰਦੀ ਹੈ, ਜਿਹਦੇ ਵਿੱਚ ਤੁਸੀਂ SOP ਦਾ ਇਸਤੇਮਾਲ ਕਰਦੇ ਹੋ, ਲੇਕਿਨ ਇਬਤਦਾਈ ਮਰਾਜ ਦੇ ਵਿੱਚ ਹੀ ਇਹਨਾਂ ਨੂੰ ਜਦੋਂ ਪੌਦਾ ਛੋਟੇ ਫਸਲ 'ਚ ਆਪਣੀ ਸਟੇਜ 'ਤੇ ਹੁੰਦਾ, ਤਾਂ ਇਹਦੇ ਉੱਤੇ ਜਿਹੜਾ ਹੈ ਉਹ ਰਸ ਚੂਸਣ ਵਾਲੇ ਕੀੜੇ ਹੈ, ਜਿਹਦੇ ਵਿੱਚ ਤੁਹਾਡੇ ਕੋਲ ਸਫੈਦ ਮੱਖੀ ਵੀ ਹੈ। ਠੀਕ ਹੈ। ਹਮਲਾ ਹੁੰਦਾ ਸਫੈਦ ਮੱਖੀ ਦੇ ਵਾਸਤੇ ਸਜੰਟਾ ਕੰਪਨੀ ਨੇ ਟੀਨੀ ਬਿਓਨ ਟੈਕਨੋਲੋਜੀ ਦੇ ਉੱਤੇ ਮੁਤਾਬਕ ਕਰਵਾਇਆ ਇਲੈਸਟਰਲੀਨ, ਕਿਉਂਕਿ ਤੁਸੀਂ ਆਪਣੀ ਛੋਟੀ ਫਸਲ ਦੀ ਹਾਲਤ ਦੇ ਉੱਤੇ ਵੀ ਸਪਰੇ ਕਰ ਸਕਦੇ। ਠੀਕ ਹੋ ਗਿਆ। ਕਿਸੇ ਫਸਲ ਦੇ ਉੱਤੇ ਕਿਸੇ ਕਿਸਮ ਦਾ ਸਟ੍ਰੈਸ ਨਹੀਂ। ਇਹ ਇੱਥੇ ਆ ਹੁਣ ਪੌਦੇ ਦੀ ਕਿੰਨੀ ਕੁ ਏਜ ਹੋਣੀ ਆ?
ਇਹ ਪੌਦਾ ਆਪਣੀ ਫੁੱਲਬੂਟੀ ਦੇ ਮਹੱਲੇ 'ਚ ਦਾਖਲ ਹੋ ਚੁੱਕਿਆ। ਜਦੋਂ ਫੁੱਲਬੂਟੀ ਦੇ ਮਹੱਲੇ 'ਚ ਦਾਖਲ ਹੁੰਦਾ ਤੁਸੀਂ ਇਹਦੀ ਜਿਹੜੀ ਹੈਗੀ ਹੈ ਪਰ ਗੰਢ ਦੇ ਹਿਸਾਬ ਦੇ ਨਾਲ ਤੁਸੀਂ ਇਹਦੀ ਜਿਹੜੀ ਏਜ ਕਾਊਂਟ ਕਰ ਸਕਦੇ ਹੋ। ਠੀਕ ਹੋ ਗਿਆ। ਇਹ ਮੈਂ ਤਾਂ ਇੰਨੀ ਡੂੰਘਾ ਹੋ ਕੇ ਪੁੱਛਦਾ ਪਿਆ ਕਿਉਂਕਿ ਅਸੀਂ ਲਗਾਈ ਨਹੀਂ ਹੈ, ਸਾਡੇ ਵੱਲ ਕਣਕ ਮੂੰਜੀ ਪੱਕੀ ਫਸਲ ਹੁੰਦੀ ਆ ਤੇ ਪਰ ਮੈਂ ਕਿਹਾ ਕਪਾਸ ਦੇਖਦੇ ਹਾਂ ਅਸੀਂ ਵੀ ਤੇ ਬਾਈ ਹੋਰਾਂ ਨੇ ਕਿਹਾ ਤੁਸੀਂ ਆਓ ਇੱਕ ਦਫ਼ਾ ਤੁਹਾਨੂੰ ਪੂਰਾ ਵਿਜ਼ਿਟ ਕਰਾਉਂਦੇ ਹਾਂ ਜੇ ਤੁਹਾਡਾ ਜ਼ਿਹਨ ਬਣਿਆ ਤੇ ਇੱਕ ਵੀਘਾ ਕੁ ਲਾ ਕੇ ਦੇਖਣਾ ਨੈਕਸਟ ਸਾਲ ਵਧਾ ਲੈਣਾ। ਮੈਂ ਕਿਹਾ ਚਲੋ ਕਪਾਸ ਦੇ ਉੱਤੇ ਸਾਡੀ ਮੀਸ਼ਤ ਜਿਹੜੀ ਆ ਉਹ ਟਿੱਕੀ ਆ, ਹਾਂਜੀ ਹੋਈ ਆ। ਸਾਨੂੰ ਚਾਹੀਦਾ ਕਿ ਅਸੀਂ ਕਾਸ਼ਤਕਾਰ ਦੇ ਵਾਸਤੇ ਜਿਹੜਾ ਨਾ ਬਿਹਤਰ ਤੋਂ ਬਿਹਤਰ ਕਰ ਸਕੇ, ਇਹੀ ਕੰਮ ਜਿਹੜਾ ਸਜੈਂਡਾ ਕਰ ਰਹੀ ਹੈ। ਇਹ ਵੀ ਜਿਹੜਾ ਹੈਗਾ ਤੁਹਾਡਾ ਟਿੰਡੇ ਬੰਨੇ ਦਾ ਅਮਲ ਹੈਗਾ, ਦੇਖੋ ਟਿੰਡੇ ਦੀ ਸਟੇਜ ਦੇ ਉੱਤੇ ਜਾ ਕੇ ਸਾਨੂੰ ਪੌਦੇ ਨੂੰ ਜਿਹੜਾ ਦੇਖੋ ਟਿੰਡੇ ਵੀ ਲੱਗ ਰਹੇ ਆ ਤੇ ਨਾਲ ਨਾਲ ਇਸ ਦੇ ਉੱਤੇ ਜੇ ਰਸ ਚੂਸਣ ਵਾਲੇ ਕੀੜੇ ਜਾਂ ਕੋਈ ਵੀ ਸੁੰਡੀ ਦਾ ਹਮਲਾ ਹੋ ਜਾਵੇ ਤਾਂ ਫਿਰ ਕੀ ਹੁੰਦਾ ਕਿ ਪੌਦਾ ਜਿਹੜਾ ਆਪਣੇ ਸ਼ੈਡਿੰਗ ਕਰ ਦਿੰਦਾ, ਟਿੰਡੇ ਸਿੱਟ ਦੇਗਾ, ਆਪਣਾ ਪੁੱਲ ਘੇਰ ਦੇਗਾ, ਪੁੱਲ ਸੁੱਕ ਜਾਏਗਾ, ਸੁੱਕ ਜਾਏਗਾ। ਕੇਰਾਂ ਜਿਹਨੂੰ ਕਹਿੰਦੇ ਕੇਰਾਂ ਪੈ ਜਾਏਗਾ ਜੇ ਅਸੀਂ ਜੱਗੇ ਦਬਾਂ 'ਚ ਦੇਖੀਏ। ਇਹਦੇ ਵਾਸਤੇ ਜੇ ਤੁਸੀਂ ਦੇਖੋ ਕਿ ਸਜੈਂਟਾ ਕੁੰਡੀ ਦੀ ਜੇ ਲਸ਼ਕਰੀ ਸੁੰਡੀ ਦਾ ਹਮਲਾ ਹੋਵੇ ਤਾਂ ਉਹਦੇ ਵਾਸਤੇ ਅਸੀਂ ਮੈਂ ਰਿਕਮੈਂਡ ਕਰਦੇ ਹਾਂ। ਇਸ ਤਰ੍ਹਾਂ ਸਾਡੇ ਕੋਲ ਪੋਲੋਟਰੀਨ ਸੀ ਹੈ, ਪੋਲੋ ਹੈ, ਬਾਲਕ ਅੰਡਾ ਬੱਚੇ ਵਾਸਤੇ ਸਫੈਦ ਮੱਖੀ ਦੇ, ਜੋ ਕਿ ਅਸੀਂ ਜੋ ਇਸ ਸਟੇਜ ਦੇ ਉੱਤੇ ਸਭ ਤੋਂ ਅੱਛੀ ਜਿਹੜੀ ਖੁਰਾਕ ਹੈ ਜੇ ਅਸੀਂ ਦੇਖੀਏ ਤਾਂ ਉਹ ਫੋਲੀ ਹੈ ਸਾਡੇ ਕੋਲ ਈਜ਼ਾ ਬਿਆਨ ਹੈ। ਚਮਕ ਵੀ ਆਏਗੀ, ਚਮਕ ਤਾਂ ਜਿਹੜੀ ਹੈਗੀ ਆ ਉਹ ਮਿਸਟਰ ਟਾਪ ਲੈ ਕੇ ਆਉਗੀ। ਮਿਸਟਰ ਟਾਪ ਤੁਹਾਡੇ ਦਾਣਿਆਂ ਨੂੰ ਬੱਗੇ ਬਲਾਸਟ ਤੋਂ ਬਚਾ ਰਹੀ ਹੈ। ਇਹੀ ਪ੍ਰੋਡਕਟ ਜਿਹੜਾ ਸਾਡਾ ਸਜੈਂਟਾ ਨੇ ਇਸ ਟਾਈਮ ਤੁਹਾਡੀ ਫੰਗਸ ਵਾਸਤੇ ਜਿਹੜੀ ਰਜਿਸਟੈਂਟ ਕਰਵਾਇਆ ਕਪਾਸ ਦੇ ਵਾਸਤੇ, ਤਾਂ ਕਿ ਅਸੀਂ ਕਪਾਸ ਦੇ ਕਾਸ਼ਤਕਾਰਾਂ ਨੂੰ ਤਮਾਮ ਤਰ੍ਹਾਂ ਦੇ ਜਿਹੜਾ ਪ੍ਰੋਗਰਾਮ ਹੈ ਉਹ ਕਪਾਸ ਦਾ ਫਰਾਮ ਕਰ ਸਕੀਏ, ਆਪਣੀ ਫਸਲ ਬਿਹਤਰ ਤੋਂ ਬਿਹਤਰ ਕਰ ਸਕੀਏ। ਠੀਕ ਹੋ ਗਿਆ। ਤੇ ਅੱਗੇ ਅੱਛਾ ਉਹ ਮੈਡੀਸਨ ਦਾ ਸਟਾਲ ਲੱਗਾ ਹੈ, ਉਦੋਂ ਰਸ਼ ਬਹੁਤ ਜ਼ਿਆਦਾ ਸੀ ਮੈਂ ਕਿਹਾ, ਤੇ ਇਸ ਕਰਕੇ ਜ਼ਿਮੀਦਾਰ ਭਰਾ ਆਪਣੇ ਕਿਸਾਨ ਭਰਾ ਬੈਠੇ ਸੀ ਤੇ ਮੈਂ ਕਿਹਾ ਬਾਬੂ ਚੰਗੀ ਤਰ੍ਹਾਂ ਹੀ ਪੁੱਛ ਲਾਂਗੇ। ਇਹ ਮੈਡੀਸਨ ਸਾਰੀਆਂ ਪਈਆਂ ਜੀ? ਇਹ ਜੀ ਕਪਾਸ ਦੀ ਜਿੰਨੀ ਵੀ ਤੁਹਾਡੇ ਕ੍ਰਾਪ ਪ੍ਰੋਗਰਾਮ ਹੈ ਜੀ, ਸਜੈਂਟਾ ਦਾ ਬਿਜਾਈ ਦੇ ਮਰਲੇ ਤੋਂ ਲੈ ਕੇ ਤੁਸੀਂ ਫੁੱਲਗੁੱਡੀ ਦੇ ਟਿੰਡ ਚੁਣਾਈ ਦੇ ਮਰਲੇ ਤੱਕ ਤਮਾਮ ਤੋਂ ਜਿੰਨੇ ਵੀ ਸਾਡੇ ਜੋ ਬਿਮਾਰੀਆਂ ਹੋਣਗੀਆਂ, ਫਸਲ ਨੂੰ ਕਿਹੜੀ ਚੀਜ਼ਾਂ ਦੀ ਜ਼ਰੂਰਤ ਹੈਗੀ ਆ, ਉਹ ਸਜੈਂਟਾ ਦੇ ਸੰਗ ਤੁਹਾਨੂੰ ਹਰ ਚੀਜ਼ ਜਿਹੜੀ ਆ ਸਾਡੇ ਨਿਆ ਸਿਰਾ ਤੋਂ ਮਜ਼ਾ ਆਉਣਾ। ਇਸ ਦੇ ਨਾਲ ਨਾਲ ਇੱਕ ਹੋਰ ਚੀਜ਼ ਥੋੜ੍ਹੀ ਜਿਹੀ ਮੁਤਾਰਫ ਕਰਾਵਾਂਗਾ, ਉਹ ਇੱਕ ਕ੍ਰੋਪ ਵਾਈਜ਼ ਐਪਲੀਕੇਸ਼ਨ। ਇਹ ਚੀਜ਼ਾਂ ਕੁਝ ਜ਼ਿਮੀਦਾਰ ਹੁਣ ਤੁਹਾਨੂੰ ਪਤਾ ਜਿੱਦਤ ਦਾ ਦੌਰ ਹੈ, ਸਭ ਤੋਂ ਬੈਸਟ ਔਨਲਾਈਨ ਜੇ ਅਸੀਂ ਦੇਖੀਏ ਤਾਂ ਸਜੈਂਟਾ ਕੰਪਨੀ ਕੋਲ ਕ੍ਰੋਪ ਵਾਈਜ਼ ਐਪਲੀਕੇਸ਼ਨ ਹੈ। ਤੁਸੀਂ ਆਪਣੀ ਫਸਲ ਦਾ ਮੁਆਇਨਾ ਕਰਵਾਉਣ ਵਾਸਤੇ ਹਫ਼ਤੇ ਹਥੇਲੀ ਦੇ ਉੱਤੇ ਡਾਕਟਰ ਨਹੀਂ ਭੇਜਦੇ, ਉਹ ਤੁਹਾਡਾ ਟੈਲੀਫੋਨ ਹੈ। ਟੈਲੀਫੋਨ ਦੇ ਨਾਲ ਤੁਸੀਂ ਆਪਣੀ ਫਸਲ ਨੂੰ ਕ੍ਰੋਪ ਵਾਈਜ਼ ਐਪਲੀਕੇਸ਼ਨ ਇਹ ਫੋਟੋ ਪਾ ਦੇਣੀ ਹੈ ਤੇ ਉਹ ਆਪ ਹੀ ਦੱਸ ਦੇਗਾ। ਫੋਟੋ ਪਾਓਗੇ ਤਾਂ ਉਹ ਤੁਹਾਨੂੰ ਦੱਸੇਗਾ ਜੀ ਇਸ ਫਸਲ ਦੇ ਉੱਤੇ ਕਿਸ ਖੁਰਾਕ ਦੀ ਕਮੀ ਹੈ, ਜਾਂ ਇਹਦੇ ਉੱਤੇ ਕਿਸੇ ਕੀੜੇ ਦਾ ਹਮਲਾ ਆਇਆ, ਜਾਂ ਇਹਦੇ ਉੱਤੇ ਕਿਸੇ ਸੁੰਡੀ ਦਾ ਹਮਲਾ ਆਇਆ, ਉਹ ਤਮਾਮ ਤੁਹਾਨੂੰ ਉਹਦੇ ਜਿਹੜਾ ਹੱਲ ਵੀ ਦੱਸੇਗਾ। ਫਿਰ ਉਹ ਤੁਹਾਨੂੰ ਨਜ਼ਦੀਕ ਤਰੀਨ ਕਿਹੜੀ ਜਗ੍ਹਾ ਤੋਂ ਮੁਹੱਈਆ ਆਏਗੀ ਉਹ ਵੀ ਦੱਸੇਗਾ। ਅੱਛਾ, ਮਤਲਬ ਮੈਂ ਕਿਹਾ ਸ਼ਾਇਦ ਐਪ ਤੇ ਤੁਸੀਂ ਉਹ ਕਰਦੇ ਹੋ ਤੇ ਬੰਦਾ ਰਾਬਤਾ ਕਰੇਗਾ? ਨਹੀਂ, ਅਸੀਂ ਨਹੀਂ, ਇਹ ਤਾਂ ਔਨਲਾਈਨ ਤੁਸੀਂ ਉਸੇ ਟਾਈਮ ਸਰਚ ਕਰੋਗੇ, ਫਸਲ ਸਿਲੈਕਟ ਕਰੋਗੇ, ਅਗਰ ਤੁਸੀਂ ਸਰਚ ਕਰੋਗੇ ਵੀ ਇਸ ਫਸਲ ਦੀ ਤਸਵੀਰ ਅਪਲੋਡ ਕਰੋਗੇ, ਤੁਹਾਨੂੰ ਉਸੇ ਟਾਈਮ ਪੱਤੇ ਦੋ, ਤਨੇ ਨੂੰ, ਹਰ ਚੀਜ਼ ਜਿਹੜੀ ਵੀ ਤੁਸੀਂ ਉਹਨੂੰ ਅਪਲੋਡ ਕਰੋਗੇ ਦੱਸ ਦੇਗਾ ਇੱਥੇ ਕੀ ਬਿਮਾਰੀ ਹੈ, ਫਿਰ ਉਹਦਾ ਹੱਲ ਕੀ ਹੈ। ਉਸ ਹੱਲ ਨੂੰ ਤੁਸੀਂ ਔਨਲਾਈਨ ਆਰਡਰ ਵੀ ਉੱਥੇ ਦੇ ਸਕਦੇ ਹੋ। ਉਸੇ ਟਾਈਮ ਬੱਚੇ ਆਰਡਰ ਕਰੋਗੇ ਤੁਸੀਂ, ਆਰਡਰ ਸਾਡੇ ਨਜ਼ਦੀਕ ਤਰੀ ਨਿਆ ਸਿਰਾ ਤੇ ਆਏਗਾ। ਨਿਆ ਸਿਰਾ ਸਾਡੀ ਸਜੈਂਟਾ ਦੀ ਸ਼ਾਖ ਹੈ। ਬੀਜ ਕਿੰਨੇ ਕੁ ਦਾ ਆਉਂਦਾ ਕਪਾਸ ਦਾ? ਕਿੰਨੇ ਕਪਾਸ ਦਾ ਬੇਸਿਕਲੀ ਬੀਜ ਜੇ ਅਸੀਂ ਦੇਖੀਏ ਤਾਂ ਸਜੈਂਟਾ ਕੰਪਨੀ ਕਪਾਸ ਦਾ ਬੀਜ ਤਾਂ ਵੈਸੇ ਫਰਾਮ ਨਹੀਂ ਕਰਦੀ, ਲੇਕਿਨ ਮੁਖਤਲਿਫ ਕੰਪਨੀਆਂ ਹੁੰਦੀਆਂ, ਮੁਖਤਲਿਫ ਜਿਹੜੀ ਉਹਨਾਂ ਦੀ ਆਪਣੀ ਆਪਣੀ ਰੇਂਜ ਹੁੰਦੀ ਹੈ ਕਪਾਸ ਦੇ ਬੀਜ ਦੀ, ਵਰਾਇਟੀਜ਼ ਦੇ ਉੱਤੇ ਵੀ ਹੁੰਦਾ ਹੈ ਕਿ ਉਹ ਵਰਾਇਟੀ ਕਿਹੜੀ। ਨਹੀਂ, ਜਿਹੜੀ ਸਭ ਤੋਂ ਜ਼ਿਆਦਾ ਦੇਖੋ ਜੀ, ਸਭ ਤੋਂ ਜ਼ਿਆਦਾ ਮੌਸਮ ਵੀ ਉਹਦੇ ਵਿੱਚ ਹੁੰਦਾ ਹੈ, ਕਾਫੀ ਫੈਕਟਰ ਹੁੰਦੇ ਆ। ਮੈਂ ਕਿਸੇ ਬੀਜ ਦਾ ਨਹੀਂ ਲਵਾਂ, ਲੇਕਿਨ ਲੋਕਾਂ ਦਾ ਰੁਝਾਨ ਪਹਿਲੇ BTL ਸੀ, ਹੁਣ BT ਜੋ ਹਰ ਕੇ ਲੋਕ ਗਲਾਈਫੋਸੇਟ ਫ੍ਰੀ ਵੈਰਾਈਟੀ। ਨਹੀਂ, ਮੈਂ ਤੁਹਾਡੇ ਕੋਲ ਇੱਕ ਆਮ ਸ਼ਹਿਰੀ ਆਮ ਨਾਗਰਿਕ ਹੁੰਦੇ ਨਾ ਤੇ ਪੁੱਛਦਾ ਹਾਂ, ਜੇ ਮੈਂ ਬੀਜੂਗਾ ਤੇ
ਜਿਹੜੀ ਫਸਲ ਦਾ ਸਭ ਤੋਂ ਜ਼ਿਆਦਾ ਝਾੜ ਨਿਕਲ ਰਿਹਾ, ਲੋਕ ਤੁਹਾਨੂੰ ਦੱਸ ਰਹੇ ਨੇ, ਲੋਕ ਦਵਾਈ ਇਸਤੇਮਾਲ ਕਰਦੇ ਨੇ, ਗੱਲ ਕਰ ਹੀ ਦਿੰਦੇ ਨੇ ਕਿ ਯਾਰ ਫਲਾਣਾ ਸੀ ਬੀ ਜਾਂ ਇਹ ਸਾਲ ਨਵਾਂ ਆਇਆ ਹੈ ਤੇ ਇਹਦਾ ਝਾੜ ਜ਼ਰਾ ਜਿਹੜੀ ਲੋਕ ਉਸ ਵਰਾਇਟੀ ਨੂੰ ਪਸੰਦ ਕਰਦੇ ਆ ਜਿਹੜੀ ਝਾੜ ਨਵਾਂ ਨਹੀਂ ਹੁੰਦੀ, ਹਾਂਜੀ ਵਰਾਇਟੀ ਆ ਰਹੀ ਹੁੰਦੀ ਆ ਜਿਹੜਾ ਨੋਟ ਟੂ ਨੋਟ ਜਿਹਨਾਂ ਦਾ ਡਿਸਟੈਂਸ ਕੰਮ ਕਰਕੇ ਆਪਣੀ ਪੈਦਾਵਾਰ ਅੱਛੀ ਲੈ ਰਹੀ ਹੁੰਦੀ, ਹਾਂਜੀ ਤਾਂ ਇਸ ਕਰਕੇ ਤੁਹਾਡੇ ਜੇ ਇਲਾਕਾ ਦੇ ਇੱਕ ਮੌਸਮ ਦੇਖੇ ਤਾਂ ਉਸ ਵਾਲੇ ਦੇ ਨਾਲ ਤੁਸੀਂ ਐਸੀ ਵਰਾਇਟੀ ਦਾ ਇੰਤਖਾਬ ਕਰ ਸਕਦੇ ਹੋ ਜਿਹਦਾ ਜਿਹੜਾ ਚਾੜਨਵਾ ਨਾ ਹੋਵੇ, ਜਿਹਦੇ ਉੱਤੇ ਤੁਹਾਡੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਪੈਦਾਵਾਰ, ਜ਼ਮੀਨ ਵੀ ਇਹਦੇ ਤੇ ਉਹ ਕਰਦੀ ਹੈ, ਛੰਭ ਹੋਵੇ ਨਹਿਰਾ ਹੋਵੇ ਜਾਂ ਕੀ? ਹਾਂਜੀ, ਜ਼ਮੀਨ ਤਾਂ ਬੇਸਿਕਲੀ ਜਿਹੜੀ ਹੈਗੀ ਹੈ ਕਪਾਸ ਦਾ ਕਾਸ਼ਤਕਾਰ ਜਿਹੜਾ ਜ਼ਮੀਨ ਉਸ ਜਗ੍ਹਾ 'ਤੇ ਕਪਾਹ ਜ਼ਿਆਦਾ ਕਾਸ਼ਤ ਹੁੰਦੀ ਹੈ, ਜਿੱਥੇ ਪਾਣੀ ਦੇ ਜਿਹੜੀ ਹੈ ਕਮੀ ਪੇਸ਼ੀ ਹੁੰਦੀ ਹੈ, ਥੋੜ੍ਹੀ ਸਭ ਜ਼ਮੀਨ ਉਹ ਜ਼ਮੀਨ ਦੇ ਉੱਤੇ ਨਹਿਰਾ ਜਾਂ ਪੱਕੀ ਜ਼ਮੀਨ ਜਿਹਨੂੰ ਛੰਭ ਜ਼ਮੀਨ ਨੂੰ ਤੁਸੀਂ, ਸਾਡਾ ਉੱਧਰ ਛੰਭ ਹੀ ਹੈ ਵੈਸੇ। ਹਾਂਜੀ, ਤੁਸੀਂ ਪੱਕੀ ਜ਼ਮੀਨ ਦੇ, ਸਾਡੀ ਚਾਵਲ ਦੀ ਫਸਲ ਤਕਰੀਬਨ ਅਸੀਂ ਹਾਈਬ੍ਰਿਡ ਮੂੰਜੀ ਲਾਈ ਆ ਤੇ ਸੋਫੋਮਨ ਨਿਕਲੀ ਸੀ ਦਸ ਪਏ ਤੇ ਅਸੀਂ ਹੁਣ ਫਿਰ ਲਗਾਈ ਆ ਤੇ ਜਿੱਥੇ ਮੂੰਜੀ ਦੀ ਫਸਲ ਅੱਧੀ ਅੱਛੀ ਹੋ ਰਹੀ ਹੈ ਫਿਰ ਉੱਥੇ ਇਹ ਵੀ ਅੱਛੀ ਹੋ, ਕਪਾਸ ਵੀ ਅੱਛੀ ਹੋ ਸਕਦੀ, ਮੈਨੇਜਮੈਂਟ ਦੇ ਉੱਤੇ ਤੁਸੀਂ ਇਹਦੀ ਅੱਛੀ ਮੈਨੇਜਮੈਂਟ ਕਰੋ ਤਾਂ ਅੱਛੀ ਪੈਦਾਵਾਰ ਲੈ, ਮਤਲਬ ਅੱਛੀ ਦੇਖਭਾਲ ਹੋਏਗੀ ਤੇ ਅੱਛੀ ਉਹ ਹੋ ਜਾਏਗੀ। ਚਲੋ ਮੈਂ ਸਰਚਿੰਗ ਕਰਦਾ ਬਕਾਇਆ ਤੁਹਾਨੂੰ ਜਿਹੜੇ ਅੱਛੇ ਬੀਜ ਨੇ ਉਹ ਵੀ ਸਾਰਿਆਂ ਦਾ ਪਤਾ ਕਰਕੇ ਦੱਸਾਂਗਾ ਤੇ ਇੱਥੇ ਆ ਕੇ ਬਹੁਤ ਵਧੀਆ ਲੱਗਿਆ। ਦੇਖੋ ਮਾਲੂਮਾਤ ਲੱਗੀ ਹੈ, ਤਕਰੀਬਨ ਕੋਈ 150 ਬੰਦਾ ਸੀ ਤੇ ਜਿਹੜਾ ਕਪਾਸ ਦਾ ਕਾਸ਼ਤਕਾਰ ਸੀ, ਇਹਨਾਂ ਦੀ ਸਰਜੈਂਟਾ ਦੀ ਮੈਡੀਸਨ ਇਸਤੇਮਾਲ ਕਰਦਾ ਹੈ, ਪੈਦਾਵਾਰ ਤੋਂ ਲੈ ਕੇ ਖਤਮ ਹੋਣ ਤੱਕ ਸਾਰੀ ਜਿਹੜੀ ਮੈਡੀਸਨ ਸਰਜੈਂਟਾ ਦੀ ਇਸਤੇਮਾਲ ਕਰਦਾ ਤੇ ਉਹ ਇੱਥੇ ਆ ਕੇ ਬੈਠੇ ਸੀ, ਉਹਨਾਂ ਨਾਲ ਵੀ ਗੱਲਾਂ ਬਾਤਾਂ ਕੀਤੀਆਂ ਤੇ ਉਦੋਂ ਸ਼ੋਰ ਬਹੁਤ ਸੀ। ਮੈਂ ਕਿਹਾ ਸਪੈਸ਼ਲ ਭਾਈ ਹੋਰਾਂ ਨਾਲ ਗੱਲਬਾਤ ਕਰਾਂਗੇ ਤਾਂ ਕਿ ਆਪਾਂ ਏ ਟੂ ਜ਼ੀ ਪਤਾ ਕਰਕੇ ਜਾ। ਬਹੁਤ ਬਹੁਤ ਮਿਹਰਬਾਨੀ ਸਰ ਜੀ, ਸ਼ੁਕਰੀਆ। ਓਕੇ ਜੀ, ਮਿਲਦੇ ਹਾਂ ਨੈਕਸਟ ਟਾਈਮ, ਹੁਣ ਆਪਾਂ ਖਾਣਾ ਖਾ ਲਓ ਜੀ, ਆਓ ਜੀ ਆਓ, ਓਕੇ।